ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਕੁੜੀ ਜਿਹੜੀ ਤੁਸੀਂ ਦੇਖ ਰਹੇ ਹੋ ਬਾਈ ਜੀ, ਅਸੀਂ ਸਾਰੀਆਂ ਸੰਗਤਾਂ ਨੂੰ ਅਸੀਂ ਦੁਬਾਰਾ ਲਾਈਵ ਹੋਏ ਹਾਂ। ਮੈਂ ਜਾਣਕਾਰੀ ਦੇਣਾ ਚਾਹੁੰਦੇ ਸੀਗੇ ਜੀ, ਇਹ ਕੁੜੀ ਸਾਨੂੰ ਦੁਬਾਰ ਸਾਲਤ ਦੇ ਵਿੱਚ ਕੁੜੀ ਮਿਲੀ ਹੈ ਜੀ ਇਹ, ਅਤੇ ਯਾਨੀ ਕਿ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਆਰਤੀ ਚੌਂਕ ਦੇ ਵਿੱਚ ਸ਼ੈੱਡ ਦੇ ਥੱਲੇ ਇਹ ਪਈ ਸੀ ਕੁੜੀ। ਅਤੇ ਜਿੱਥੋਂ ਕੱਲ੍ਹ ਰਾਤ ਸਾਡਾ ਪੁਰਾਣਾ ਵਾਕਵਾ ਮਿੱਤਰ ਆ ਸਾਡਾ ਮਨੀ, ਅਤੇ ਉਹ ਵੀਰ ਸ਼ਬਦ ਲੈ ਕੇ ਗਿਆ ਸੀ ਇਹਨੂੰ, ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਸਾਡੀ ਸੰਸਥਾ ਨੂੰ ਵੀ ਇੱਕ ਲੜਕੀ ਇੱਕ ਬੱਚੇ ਨੂੰ ਲਈ ਉੱਥੇ ਪਈ ਹੈ। ਕਹਿੰਦੇ ਦੋ ਦਿਨਾਂ ਤੋਂ ਉੱਥੇ ਪਈ ਸੀ ਕੰਬਲ, ਇੱਕ ਇਹਨਾਂ ਦੇ ਕੋਲ ਸੀ ਉਸੇ ਕੰਬਲ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ। ਕਿੰਨੇ ਟਾਈਮ ਦਾ ਬੱਚਾ ਤੁਹਾਡਾ? 5 ਮਹੀਨਿਆਂ ਦਾ ਬੱਚਾ ਵਾ। ਸੰਗਤਾਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਅਤੇ ਵੀਰੇਂਦਰ ਨੂੰ ਬੁਲਾ ਕੇ, ਅਤੇ ਇਹ ਬੱਚਾ ਛੋਟਾ ਜਿਹਾ ਮਾਸੂਮ, ਅਤੇ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਬੜੀ ਮਾੜੀ ਹਾਲਤ ਦੇ ਵਿੱਚ, ਇਹ ਕੁੜੀ ਦੀ ਹਾਲਤ ਤੁਸੀਂ ਦੇਖ ਹੀ ਰਹੇ ਹੋ। ਲਵਾਰ ਸਾਲ ਤੋਂ ਜਿਹੜੀ ਸੀ ਬੱਚਾ ਹੈ, 5 ਮਹੀਨਿਆਂ ਦਾ ਬੱਚਾ ਜਿਹੜਾ ਕਿ ਦੇਖੋ ਕਿਵੇਂ ਖੇਡ ਰਿਹਾ ਵਾ, ਤੁਸੀਂ ਦੇਖ ਸਕਦੇ ਹੋ। ਇਹ ਅਸਲ 'ਚ ਇਹ ਰੱਬੀ ਰੱਬ ਦਾ ਰੂਪ ਆ ਬੱਚੇ, ਅਤੇ ਆਹ ਬੱਚਾ ਬੇਟਾ ਵਾ ਇਹਦਾ ਕੁੜੀ ਦਾ। ਇਹਦਾ ਨਾਂ ਕੀ ਆ? ਅਮਨਜੋਤ। ਜਿਹੜਾ ਕਿ ਬੜਾ ਮੁਸ਼ਕਿਲ ਨਾਲ ਯਾਦ ਆਇਆ ਕੁੜੀ ਨੂੰ, ਨਾਮ ਵੀ ਉਹਨੂੰ ਪ੍ਰੋਪਰ ਚੇਤੇ ਨਹੀਂ ਹੈਗਾ ਬੱਚੇ ਦਾ, ਕਿਉਂਕਿ ਹਾਲਾਤ ਬੰਦੇ ਨੂੰ ਪਤਾ ਨਹੀਂ ਕਿੱਥੇ ਲੈ ਜਾਂਦੇ ਆ, ਕਿੱਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਆ। ਅਤੇ ਛੋਟਾ ਜਿਹਾ ਬੱਚਾ ਯਾਨੀ ਕਿ ਜਿਹਨੂੰ ਦੇਖ ਦੇਖ ਕੇ ਸਾਡੇ ਆ ਟੀਮ ਮੈਂਬਰ ਦੇਖੇ ਤੁਸੀਂ ਦੁੱਧ ਪਿਲਾ ਰਹੇ ਆ। ਕੱਲ੍ਹ ਤਾਂ ਇਹ ਜਿੰਦਰ ਮੁੰਡਾ ਇੱਕ ਮਨੀਵੀਰ ਸਾਡਾ ਚਲਿਆ ਗਿਆ, ਉਹ ਵਿਚਾਰਾ ਜੋਬ ਕਰਦਾ ਪ੍ਰਾਈਵੇਟ। ਜਦੋਂ ਉਹਨੇ ਇਸ ਕੁੜੀ ਨੂੰ ਦੇਖਿਆ, ਉਹ ਫਾਸਟ ਫੂਡ ਦੀ ਦੁਕਾਨ ਸੀ ਉੱਥੇ ਬਰਗਰ ਖਾਣ ਗਿਆ ਸੀ, ਤਾਂ ਉਹਨੇ ਜਦੋਂ ਦੇਖਿਆ ਉੱਥੇ ਲੋਕ ਖੜ੍ਹੇ ਸੀ, ਕਾਫੀ ਬੰਦੇ ਦੇਖ ਹੀ ਜਾਂਦੇ ਸੀ, ਕਿਸੇ ਨੇ ਕੁੜੀ ਦੀ ਹੈਲਪ ਨਹੀਂ ਕਰੀ। ਤਾਂ ਉਸ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ, 108 ਐਂਬੂਲੈਂਸ ਨੂੰ ਫੋਨ ਕਰਕੇ ਵੀ ਕੁੜੀ ਨੂੰ ਅਤੇ ਬੱਚੇ ਨੂੰ ਚੱਕ ਕੇ ਸਿਵਲ ਹੋਸਪਿਟਲ 'ਚ ਲੈ ਕੇ ਗਿਆ ਜੀ ਉਹ ਰਾਤ, ਅਤੇ ਉੱਥੋਂ ਸਾਡੇ ਨਾਲ ਸੰਪਰਕ ਕੀਤਾ, ਸਾਡੀ ਟੀਮ ਦੇ ਮੈਂਬਰ ਪਹੁੰਚੇ ਸਿਵਲ ਹੋਸਪਿਟਲ ਵਾਲੇ ਜਿਹੜੇ ਸੀਗੇ ਆਪਣੇ ਸਟਾਫ, ਉਹ ਕਹਿੰਦੇ ਜੀ ਵੀ ਕੁੜੀ ਨੂੰ ਤਾਂ ਅਸੀਂ ਬੱਚੇ ਨੂੰ ਤਾਂ ਦਾਖਲ ਕਰ ਲੈਂਦੇ ਹਾਂ, ਪਰ ਬੱਚੇ ਦੀ ਸਿਕਿਉਰਿਟੀ ਨਹੀਂ ਅਸੀਂ ਰੱਖ ਸਕਦੇ, ਵੀ ਜੇ ਬੱਚੇ ਦੀ ਸਿਕਿਉਰਿਟੀ ਤੁਸੀਂ ਰੱਖੋਗੇ ਤਾਂ ਹੀ ਅਸੀਂ ਐਡਮਿਟ ਕਰਾਂਗੇ। ਤਾਂ ਫਿਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਚਲੋ ਸਾਡੇ ਨਾਲ ਜਦੋਂ ਗੱਲ ਹੋਈ, ਸਾਡੇ ਟੀਮ ਮੈਂਬਰ ਚਲੇ ਗਏ ਉੱਥੇ, ਜਿੰਦਰ ਆ ਮੁੰਡਾ ਵੀਰਿੰਦਰ ਗਰੇਵਾਲਾ, ਇਹ ਚੱਗ ਆ ਕੇ ਇਹਨਾਂ ਨੇ ਗੱਲ ਕੀਤੀ। ਤਾਂ ਫਿਰ ਇਹ ਹੋਸਪਿਟਲ ਦੇ ਵਿੱਚ ਅਸੀਂ ਇੱਥੇ ਦੀਪਕ ਜੀ ਉਹਨਾਂ ਨੂੰ ਲੈ ਕੇ ਆਏ ਦੋਨੇ ਮਾਂ ਪੁੱਤਾਂ ਨੂੰ, ਕਿਉਂਕਿ ਹਾਲਤ ਇੰਨੀ ਮਾੜੀ ਸੀਗੀ, ਬੱਚੇ ਦੇ ਡੈਪਰ ਕਈ ਦਿਨਾਂ ਤੋਂ ਲੱਗਿਆ ਹੋਇਆ ਸੀ ਜਿਹੜੇ ਕਿ ਤੁਹਾਨੂੰ ਦਿਖਾ ਨਹੀਂ ਸਕਦੇ, ਪੂਰੀ ਬੋਡੀ ਦੇ ਉੱਪਰ ਬੱਚੇ ਦੇ ਰੈਸ਼ਿਸ਼ ਹੋਏ ਹੋਏ ਆ, ਆਹ ਪੈਰਾਂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਰੈਸ਼ਿਸ਼ ਹੋਏ ਅੰਦਰ, ਆਹ ਦੇਖੋ ਬੂਟਾ ਗਿੱਟਾ ਦਾ ਛਿੱਲਿਆ ਪਿਆ ਬੱਚੇ ਦਾ। ਅਤੇ ਯਾਨੀ ਕਿ ਸੱਚੇ ਪਾਤਸ਼ਾਹ ਦੀ ਮਿਹਰ ਹੀ ਆ, ਜਿਹੜਾ ਬੱਚਾ ਸਹੀ ਸਲਾਮਤ ਠੀਕ ਹੈ, ਗੁਰੂ ਮਹਾਰਾਜ ਨੇ ਕਿਰਪਾ ਕਰੀ ਹੋਈ ਆ, ਅਤੇ ਗੁਰੂ ਮਹਾਰਾਜ ਨੇ ਇੱਦਾਂ ਹੀ ਇਹਦੇ 'ਤੇ ਬੱਚੇ 'ਤੇ ਇਹਦਾ ਨਾਂ ਅਮਨਜੋਤ ਦੱਸਿਆ ਲੜਕੀ ਨੇ। ਦੇਖੋ ਕਿੰਨਾ ਮਾਸੂਮ ਬੱਚਾ ਦੁੱਧ ਪੀ ਰਿਹਾ ਜੀ, ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ। ਸੱਚੇ ਪਾਤਸ਼ਾਹ ਨੇ ਇਹਨੂੰ ਇੱਦਾਂ ਦੇ ਹਾਲਾਤ ਦਿੱਤੇ ਆ ਵੀ ਬੱਚਾ ਇੰਨਾ ਖੁਸ਼ ਰਹਿੰਦਾ, ਰਾਤ ਦਾ ਆਇਆ ਬਿਲਕੁਲ ਰੋਂਦਾ ਨਹੀਂ, ਅਤੇ ਹੱਸੀ ਜਾਂਦਾ, ਦੁੱਧ ਪੀ ਲੈਂਦਾ, ਸੌ ਜਾਂਦਾ, ਦੁੱਧ ਪੀ ਲੈਂਦਾ, ਕਿਉਂਕਿ ਗੁਰੂ ਮਹਾਰਾਜ ਨੇ ਇਹਨੂੰ ਸ਼ਕਤੀ ਦਿੱਤੀ ਆ ਵੀ ਇੱਦਾਂ ਦੇ ਹਾਲਾਤ ਦੇ ਵਿੱਚ ਵੀ ਇਹ ਜਿਉਂ ਸਕੇ। ਸੱਚੇ ਪਾਤਸ਼ਾਹ ਦੇ ਉੱਤੇ ਮਿਹਰ ਕਰਨ ਦੀ, ਮਾਸੂਮ ਬੱਚੇ 'ਤੇ ਸਾਡੀ ਟੀਮ ਨੂੰ ਪਹਿਲੀ ਵਾਰੀ ਇੱਦਾਂ ਦੀ ਸੇਵਾ ਮਿਲੀ ਆ ਸੱਚੇ ਪਾਤਸ਼ਾਹ ਨੇ, ਸਾਡੀ ਟੀਮ ਨੂੰ ਇੱਕ ਛੋਟੇ ਜਿਹੇ ਮਾਸੂਮ ਬੱਚੇ ਦੀ ਸੇਵਾ ਲਾਈ ਆ, ਅਤੇ ਗੁਰੂ ਮਹਾਰਾਜ ਕਿਰਪਾ ਕਰਨ। ਅਤੇ ਇਹ ਕੁੜੀ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਵੀ ਬੜੇ ਦੁੱਖ ਦੀ ਗੱਲ ਆ ਸਾਡੇ ਪੰਜਾਬ ਦੇ ਵਿੱਚ, ਨਸ਼ਿਆਂ ਦਾ ਜਿਹੜਾ ਹੜ੍ਹ ਵਗਿਆ ਅਤੇ ਉਹਦਾ ਅਸਰ ਬਹੁਤ ਜ਼ਿਆਦਾ ਸਮੇਂ ਤੱਕ ਚੱਲੂਗਾ ਇਹ ਪੰਜਾਬ ਤੱਕ, ਕਾਫੀ ਸਮਾਂ
ਲੰਬਾ ਸਮਾਂ ਇਹ ਸੰਤਾਪ ਭੋਗਣਾ ਪੈਣਾ। ਕੁੜੀ ਹੈ ਜੀ ਪੰਜਾਬ ਦੀ ਧੀ ਆ ਸਾਡੇ ਦੀ, ਇਹ ਸੁਰਜੀਤ ਸਿੰਘ ਇਹਨਾਂ ਦੇ ਹਸਬੈਂਡ ਦਾ ਨਾਮ ਆ, ਹਰਪਾਲ ਸਿੰਘ ਇਹਨਾਂ ਦੇ ਫਾਦਰ ਦਾ ਨਾਮ ਆ, ਅਤੇ ਗੁਰਸ ਜਿਹੜੇ ਕਿ ਕਹਿੰਦੀ ਪਰਿਵਾਰ ਨੂੰ, ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਕੁੜੀ, ਇਹ ਮਿਸਤਰੀਆਂ ਦੇ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਕੁੜੀ, ਇਹ ਜਿਹੜੇ ਪਰਿਵਾਰ ਦੇ ਵਿੱਚ ਇਹ ਵਿਆਹੀ ਹੋਈ ਸੀ, ਇਹਦੇ ਹਸਬੈਂਡ ਨਾਲ ਸਾਡੀ ਫੋਨ 'ਤੇ ਗੱਲ ਵੀ ਹੋਈ ਹੈ, ਜਿਹਦਾ ਬੱਚਾ ਉਹ ਇਹ ਕਹਿ ਰਿਹਾ ਵੀ ਮੈਂ ਬੱਚਾ ਲੈ ਜਾਂਦਾ, ਮੈਨੂੰ ਬੱਚਾ ਦੇ ਦਿਉ, ਪਰ ਮੈਂ ਇਹਦੀ ਕੁਛ ਨਹੀਂ ਕਰ ਸਕਦਾ ਇਹਦਾ। ਉਹ ਕਹਿੰਦਾ ਵੀ ਮੈਂ ਇਸ ਕਰਕੇ ਨਹੀਂ ਕਰ ਸਕਦਾ ਵੀ ਸਾਡਾ ਪਰਿਵਾਰ ਆ ਜਿਹੜਾ ਗੁਰਸਿੱਖ ਪਰਿਵਾਰ ਆ, ਮੇਰਾ ਫਾਦਰ ਆ ਜਿਹੜਾ ਨਿੰਗ ਸਿੰਘ ਆ ਜੀ, ਅਤੇ ਵੀ ਅਸੀਂ ਇਹਨੂੰ ਘਰੇ ਨਹੀਂ ਰੱਖ ਸਕਦੇ ਵੀ ਇਹ ਨਸ਼ੇ ਕਰਦੀ ਆ। ਹੁਣ ਜਿਸ ਟਾਈਮ ਮੈਂ ਇਹਦੇ ਪਰਿਵਾਰਕ ਰਿਲੇਸ਼ਨ ਪ੍ਰੋਬਲਮਾਂ ਕੀ ਰਹੀਆਂ, ਅਸੀਂ ਇਸ ਚੱਕਰ 'ਚ ਨਹੀਂ ਜਾਂਦੇ ਗੇ, ਨਾ ਸਾਨੂੰ ਹਜੇ ਤੱਕ ਇਸ ਚੀਜ਼ ਦੀ ਕੋਈ ਸਮਝ ਆ ਵੀ ਅਸੀਂ ਇਹਨੂੰ ਕੁੜੀ ਨੂੰ ਵੀਡੀਓ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਸੀ ਸਾਨੂੰ ਪਬਲਿਕ ਦੇ ਸਾਹਮਣੇ ਜਾਂ ਨਹੀਂ, ਪਰ ਅਸੀਂ ਆਪਦੇ ਬਿਹਾਫ 'ਤੇ ਗੱਲ ਸੋਚੀ ਵੀ ਇਹ ਜ਼ਰੂਰ ਪਤਾ ਲੱਗਣੀ ਚਾਹੀਦੀ ਹੈ, ਕਿਉਂਕਿ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਇਹ। ਹੁਣ ਇਹਨਾਂ ਦੇ ਹਸਬੈਂਡ ਦਾ ਰੌਲਾ ਜਾਂ ਇਹ ਕੁੜੀ ਕੀ ਕਰਦੀ ਸੀ, ਕਿੱਦਾਂ ਨਸ਼ੇ ਕਰਦੀ ਸੀ, ਇਹਦੇ ਨਾਲੋਂ ਇੱਕ ਬੱਚੇ ਦੀ ਲਾਈਫ ਦਾ ਸਵਾਲ ਆ ਜੀ। ਅਤੇ ਜਿਹੜਾ ਕਿ ਸਾਡੀ ਸੰਸਥਾ ਨੂੰ ਪਹਿਲ ਦੇ ਆਧਾਰ 'ਤੇ ਲੱਗਿਆ ਵੀ ਬੱਚੇ ਨੂੰ ਜ਼ਰੂਰ ਇਸ ਚੀਜ਼ ਦਾ ਹੱਕ ਮਿਲਣਾ ਚਾਹੀਦਾ, ਸਾਡੀ ਇਹਦੇ ਬਾਪ ਨਾਲ ਵੀ ਗੱਲ ਚੱਲਦੀ ਹੈ, ਪਰ ਅਸੀਂ ਕੁੜੀ ਨੂੰ ਕਹਿ ਰਹੇ ਹਾਂ ਵੀ ਬੱਚੇ ਨੂੰ ਜੇ ਤੂੰ ਕੇਅਰ ਟੇਕ ਨਹੀਂ ਕਰ ਸਕਦੀ ਆਪਾਂ ਉਹਨਾਂ ਨੂੰ ਦੇ ਦੇਈਏ, ਤਾਂ ਇਹ ਜੋ ਕੁੜੀ ਨਹੀਂ ਚਾਹੁੰਦੀ ਉਹਨਾਂ ਨੂੰ ਦੇਣਾ ਬੱਚਾ, ਇਹ ਕਹਿੰਦੀ ਵੀ ਨਹੀਂ ਮੈਂ ਬੱਚਾ ਆਪਣੇ ਕੋਲ ਹੀ ਰੱਖਣਾ ਵਾ, ਪਰ ਕੁੜੀ ਦੇ ਹਾਲਾਤ ਵੀ ਦੇ ਸਕਦੇ, ਡਾਕਟਰ ਨੇ ਚੈੱਕਅਪ ਕੀਤੇ ਆ, ਅਤੇ ਕੁੜੀ ਨੂੰ ਟੀ ਬੀ ਆ ਜੀ ਬਹੁਤ ਜ਼ਿਆਦਾ ਲੈਵਲ ਦੀ, ਕਿਉਂਕਿ ਇੱਦਾਂ ਦੇ ਜਿਹੜੀ ਜ਼ਹਿਰ ਸਰੀਰ ਦੇ ਵਿੱਚ ਦੀ ਨਿਕਲੀ ਹੋਈ ਇੰਨਾ ਟਾਈਮ ਦੱਸਦੀ ਆ ਕੁੜੀ, ਹਾਲਾਤ ਤਾਂ ਨੇ ਇਹਨੂੰ ਇਸ ਲੈਵਲ 'ਤੇ ਲਿਆ ਕੇ ਖੜਾ ਕਰ ਸਕਦੇ, ਤਾਂ ਤੁਸੀਂ ਦੇਖ ਸਕਦੇ ਹੋ ਨੇੜੇ ਆ ਕੇ ਝਟਕਾ ਦੇਖੋ ਕੁੜੀ ਦੇ ਹਾਲਾਤ ਵਿਚਾਰੀ ਦੇ। ਅਸੀਂ ਇਹਨੂੰ ਸਾਡੇ ਪੰਜਾਬ ਦੀ ਧੀ ਆ, ਅਸੀਂ ਇਹਨੂੰ ਦੋਸ਼ ਨਹੀਂ ਦਿੰਦੇ, ਅਸੀਂ ਹਾਲਾਤਾਂ ਨੂੰ ਦੋਸ਼ ਦਿੰਦੇ ਹਾਂ, ਅਸੀਂ ਇਸ ਸਮੇਂ ਦੇ ਵਿੱਚ ਜਿਹੜਾ ਕੁਛ ਚੱਲ ਰਿਹਾ ਉਹਨੂੰ ਦੇਖੋ, ਲੜਕੀ ਦੇ ਹੱਥ ਕਿਸ ਲੈਵਲ 'ਤੇ ਇੱਦਾਂ ਸੁੱਕੇ ਪਏ ਆ, ਹੱਥ ਪੈਰ ਹੱਡੀਆਂ ਨਿਕਲੀਆਂ ਪਈਆਂ, ਇਸ ਹਾਲਤ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਲਈ ਇਹ ਆਰਤੀ ਚੌਂਕ ਲੁਧਿਆਣਾ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਪਈ ਸੀ ਜੀ, ਸੋਰੀ 2 ਦਿਨਾਂ ਤੋਂ ਪਈ ਸੀ, ਤਾਂ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਟਾਈਮ ਤੋਂ ਕਿੱਥੇ ਕਿੱਥੇ ਇਹਨੇ ਵਿਚਾਰੀ ਨੇ ਕਰਿਆ, ਕਿਉਂਕਿ ਇਹ ਜਿਹੜਾ ਕੁੜੀ ਨੇ ਦੱਸਿਆ ਗਲੀ ਚ ਨਹੀਂ, ਪਹਿਲਾਂ ਜਿਹੜਾ ਵਿਆਹ ਹੋਇਆ ਸੀਗਾ ਸੁਰਜੀਤ ਸਿੰਘ ਨਾਲ, ਉਹਦੇ ਨਾਲ ਕੀ ਗੱਲ ਹੋ ਗਈ ਸੀ ਫਿਰ? ਫਿਰ ਉਸ ਤੋਂ ਬਾਅਦ ਤੂੰ ਉੱਥੋਂ ਚਲੇ ਗਈ, ਫਿਰ ਤੇਰਾ ਦੁਬਾਰਾ ਰਿਸ਼ਤਾ ਤੇਰੀ ਮੰਮੀ ਨੇ ਕੀਤਾ? ਹਾਂਜੀ। ਉਹ ਘਰ ਵਾਲੇ ਦਾ ਕੀ ਨਾਮ ਸੀ? ਗੋਲੀ ਚੱਕਰ ਨਹੀਂ ਪੁੱਛਿਆ ਮੈਨੂੰ। ਤੂੰ ਏਦਾਂ ਹੀ ਮਾਰ ਹੀ ਗਈ ਸੀ ਉਹਦੇ ਕੋਲੇ? ਦੋ ਕੁ ਮਹੀਨੇ ਹੋ ਗਏ। ਤੇ ਫਿਰ ਮਾਂ ਪਿਓ ਕੋਲੇ ਨੀ ਗਏ ਤੁਸੀਂ ਆਪਦੇ ਕੋਲੇ?
ਮਾਂ ਬਾਪ ਕੋਲ ਹੀ ਸੀਗੀ ਮੈਂ 2 ਮਹੀਨੇ। ਫਿਰ ਉੱਥੋਂ ਕਿਵੇਂ ਆਰਤੀ ਚੌਂਕ ਵਿੱਚ ਕਿਵੇਂ ਪਹੁੰਚੀ? ਬਸ ਮੈਂ ਵਿਆਹ ਹਾਲੇ ਕਰਨਾ ਸੀਗਾ, ਪੈਸੇ ਉਹਨਾਂ ਨੇ ਲੈ ਲਏ ਸੀ 5000 ਰੁਪਈਆ। ਕਿਤੋਂ? ਸਹੁਰਿਆਂ ਤੋਂ। ਤੇਰੇ ਜਿੱਥੇ ਤੇਰਾ ਵਿਆਹ ਕੀਤਾ ਉਹਨਾਂ ਨੂੰ ਤੇਰੀ ਮੰਮੀ ਨੇ ਪੈਸੇ ਲੈ ਲਏ ਸੀ? ਹਾਂਜੀ, 30000 ਰੁਪਈਆ ਦੇ ਤੇ ਲੱਗਾ ਸੀਗਾ ਨਾ ਮੁੰਡੇ ਤੇ। ਮੰਮੀ ਦਾ? ਹਾਂਜੀ, ਰਜਿਸਟਰੀ ਸਾਡੀ ਕਹਿਣੇ ਪਈ ਆ। ਅੱਛਾ, ਮਕਾਨ ਦੀ। ਤੇ ਤੁਸੀਂ ਕੋਈ ਕੀ ਨਸ਼ਾ ਕੀ ਕਰਦਾ ਜੀ ਤੂੰ? ਕੀ ਕਰਦੇ ਸੀ ਤੂੰ ਕੁੜੀਏ? ਮੈਂ ਫਿਰ ਸਾਰੇ ਨਸ਼ੇ ਕੀਤੇ, ਬਸ ਇੱਕ ਟੀਕਾ ਨਹੀਂ ਲਾਇਆ ਕਦੀ। ਆਪਦੇ ਆਪ ਟੀਕਾ ਨਹੀਂ ਲਾਇਆ ਕਦੇ, ਬਾਕੀ ਸਾਰੇ ਨਸ਼ੇ ਕੀਤੇ ਆ? ਆਪਣੇ ਆਪ ਕੀ ਮੈਂ ਲਵਾਇਆ ਵੀ ਨਹੀਂ ਹੈਗਾ। ਮੈਂ ਜਾਣੀ ਕਿ ਟੀਕਾ ਨਹੀਂ ਲਵਾਇਆ ਕਦੇ, ਬਾਕੀ ਸਾਰੇ ਨਸ਼ੇ ਕੀਤੇ ਆ? ਤੇ ਉਹਦਾ ਸਰੀਰ ਤੇ ਦੇਖ ਤੇਰੇ ਤੇ ਕਿੰਨਾ ਅਸਰ ਪਿਆ ਹੋਇਆ ਪੁੱਤ, ਦੇਖੋ ਤੇਰੇ ਬੱਚੇ ਤੇ ਵੀ ਅਸਰ ਪੈ ਰਿਹਾ। ਹੁਣ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਸਾਡੀ ਸੰਸਥਾ ਵੱਲੋਂ, ਅਸੀਂ ਤੇਰੇ ਜਾਣੀ ਕਿ ਜ਼ਿੰਮੇਵਾਰੀ ਪਰਿਵਾਰ ਇਹਦੇ ਬੱਚੇ ਦੀ, ਤੇਰੇ ਇਲਾਜ ਦੀ ਅਸੀਂ ਚੱਕਾਂਗੇ, ਪਰ ਮੇਰੀ ਭੈਣ ਬਣ ਕੇ ਹੁਣ ਜ਼ਿੰਦਗੀ 'ਚ ਕਦੇ ਦੁਬਾਰਾ ਨਸ਼ਾ ਨਾ ਜਾਵੇ। ਦੇਖੋ ਇਸ ਇਹਦੀ ਖਾਤਰ ਜਿਉਣਾ ਤੂੰ, ਹੁਣ ਇਹਦੀ ਖਾਤਰ ਕੁਛ ਚੀਜ਼ਾਂ ਤੈਨੂੰ ਕਰਨੀਆਂ ਪੈਣੀਆਂ। ਇਹ ਕਸੂਰ ਬੱਚੇ ਦਾ ਕੀ ਕਸੂਰ ਆ ਵੀ ਇਹ ਤੁਹਾਡਾ ਬੱਚਾ? ਨਹੀਂ ਤਾਂ ਫਿਰ ਤੇਰੇ ਘਰ ਵਾਲੇ ਨਾਲ ਅਸੀਂ ਗੱਲ ਕਰਕੇ ਉਹਨੂੰ ਸੱਦ ਲੈਂਦੇ ਹਾਂ ਸਹੁਰੇ ਪਰਿਵਾਰ ਨੂੰ, ਉਹਨੂੰ ਬੱਚਾ ਸੌਂਪ ਦਈਏ। ਨਹੀਂ ਦੇਣਾ ਬੱਚਾ? ਫਿਰ ਤੇਰੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ, ਮਿਹਰ ਕਰਨ, ਵਾਹਿਗੁਰੂ ਦਾ ਨਾਮ ਹੈ। ਪਰ ਮੇਰੀ ਭੈਣ ਬਣ ਕੇ ਅੱਜ ਤੋਂ ਬਾਅਦ ਜ਼ਿੰਦਗੀ 'ਚ ਕਦੇ ਨਸ਼ਾ ਨਾ ਕਰੀ, ਇਸ ਗੱਲ ਤੋਂ ਤੋਬਾ ਕਰ। ਇਲਾਜ ਸੱਚੇ ਪਾਤਸ਼ਾਹ ਨੇ ਕਰਾਉਣਾ, ਅਸੀਂ ਤਾਂ ਵਿੱਚ ਵਿਚਾਲੇ ਇੱਕ ਬਸ ਵਿਚੋਲੇ ਹਾਂ ਵੀ ਅਸੀਂ ਇਲਾਜ ਕਰਵਾ ਰਹੇ ਹਾਂ, ਬਾਕੀ ਗੁਰੂ ਮਹਾਰਾਜ ਹੀ ਕਰਦਾ, ਸੰਗਤਾਂ ਕਰਦੀਆਂ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਤੁਹਾਨੂੰ ਇੱਥੇ ਦਾਖਲ ਕਰਾਤਾ। ਨਹੀਂ ਅਸੀਂ ਕੱਲ੍ਹ ਜੋ ਕਹਿੰਦੇ ਸੱਚੇ ਪਾਤਸ਼ਾਹ ਨੇ ਕੱਲ੍ਹ ਜੋ ਵੀ ਬੰਦਿਆਂ ਨੇ ਸਾਡੀ ਸੇਵਾ ਲਾਈ ਆ ਅਤੇ ਦੀਪਕ ਹਸਪਤਾਲ ਦੇ ਵਿੱਚ ਕ੍ਰਿਤਨ ਨੂੰ ਦਾਖਲ ਕਰਾਇਆ ਹੋਇਆ ਵਾ। ਅਤੇ ਜੇ ਕਿਸੇ ਵੀਰ ਭੈਣ ਨੇ ਕੁੜੀ ਨੂੰ ਪਛਾਣਦਾ ਹੋਵੇ, ਜਿਹਦੇ ਪਰਿਵਾਰ ਦਾ ਕੋਈ ਮੈਂਬਰ ਇਹਨੂੰ ਮਿਲਣਾ ਚਾਹੁੰਦਾ, ਕਿਉਂਕਿ ਸਹੁਰੇ ਪਰਿਵਾਰ ਨਾਲ ਤਾਂ ਸਾਡੀ ਕਾਫੀ ਗੱਲ ਹੋ ਰਹੀ ਹੈ, ਕੱਲ੍ਹ ਰਾਤ ਦੀ ਵੀ 2-3 ਵਾਰ ਹੋ ਗਈ ਆ, ਉਹ ਨਹੀਂ ਆਉਣਾ ਚਾਹੁੰਦੇ, ਉਹਨਾਂ ਨੇ ਅੱਜ ਤੱਕ ਕੋਈ ਬੱਚੇ ਨੂੰ ਕਹਿ ਰਹੇ ਸਾਨੂੰ ਬੱਚਾ ਦੇ ਦਿਓ, ਪਰ ਹੋਰ ਅਸੀਂ ਕੁਛ ਨਹੀਂ ਕਰਨਾ। ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਕੁੜੀ ਦੇ ਮਾਂ ਪਿਓ ਨੂੰ ਵੀ ਵੀ ਉਹ ਸਾਹਮਣੇ ਆਉਣ, ਚਲੋ ਜੋ ਹੋ ਗਿਆ ਗਲਤੀ, ਪਰ ਇਸ ਬੱਚੇ ਦੀ ਕੋਈ ਗਲਤੀ ਨਹੀਂ ਜੀ, ਇਸ ਅਮਨਜੋਤ ਦੀ ਕੋਈ ਗਲਤੀ ਨਹੀਂ ਜੀ, ਕਿਉਂਕਿ ਇਹਦਾ ਨਾਂ ਅਮਨਜੋਤ ਪਤਾ ਨਹੀਂ ਕਿਵੇਂ ਸੁੱਖਾਂ ਨਾਲ ਅੱਜ ਕੱਲ੍ਹ ਬੱਚੇ ਮਿਲਦੇ ਆ ਜੀ। ਅਤੇ ਇਹਦੇ ਇਹ ਦੋਨੇ ਐਗਜ਼ਾਮਪਲਾਂ ਤੁਹਾਡੇ ਸਾਹਮਣੇ, ਧੀਆਂ ਦਾ ਕੀ ਹਾਲ ਆ ਅਤੇ ਪੁੱਤਾਂ ਦਾ ਵੀ ਕੀ ਹਾਲ ਹੋ ਰਿਹਾ ਜੀ ਇੱਥੇ, ਇੱਥੇ ਕੋਈ ਉਹ ਚੀਜ਼ ਬਖਸ਼ੀ ਨਹੀਂ ਜਾਂਦੀ ਅੱਜ ਕੱਲ੍ਹ ਦਾ ਸਮਾਂ। ਬਸ ਇਹਦੇ ਬਾਰੇ ਅਸੀਂ ਕੁਛ ਸਪੀਚਲੈਸ ਹਾਂ ਜੀ, ਕਹਿ ਨਹੀਂ ਸਕਦੇ, ਪਰ ਸਮਾਂ ਬਹੁਤ ਮਾੜਾ ਜੀ, ਬੜੇ ਮਾੜਾ ਸੰਤਾਪ ਚੱਲ ਰਿਹਾ ਪੰਜਾਬ। ਇਹ ਉਸ ਟਾਈਮ ਦੇ ਜਿਹੜੇ ਪੁਰਾਣੇ ਅੱਤਵਾਦ ਦੇ ਟਾਈਮ ਦੇ ਵਿੱਚ ਜੋ ਸਾਡੇ ਨਾਲ ਹੋਇਆ, ਉਹਦੇ ਨਾਲ ਵੀ ਮਾੜਾ ਜੀ ਇਸ ਟਾਈਮ ਹੋ ਰਿਹਾ ਸਾਡੇ ਨਾਲ। ਸਾਡੀ ਅਸੀਂ ਵੈਸੇ ਸਿੱਖ ਨਹੀਂ, ਅਸੀਂ ਕਹਿਣ ਦੇ ਏਡੇ ਕਾਬਲ ਨਹੀਂ ਹੈਗੇ ਵੀ ਅਸੀਂ ਬਹੁਤ ਨਾ ਗੁਰਸਿੱਖ ਆ ਜਾਂ ਕਿੱਦਾਂ, ਅਸੀਂ ਬਹੁਤ ਫੋਲੋ ਕਰਦੇ ਹਾਂ ਇਸ ਚੀਜ਼ ਨੂੰ, ਪਰ ਅੰਦਰੋਂ ਇੱਕ ਇਸ ਗੱਲ ਦੀ ਅੱਜ ਚੀਜ਼ ਉੱਠੀ ਆ ਵੀ ਸਾਡੀ ਭੈਣ ਦਾ ਇਸ ਦਾ ਹਾਲ ਦੇਖ ਕੇ ਅਤੇ ਸਾਡੇ ਬੱਚੇ ਦਾ ਹਾਲ ਦੇਖ ਕੇ ਵੀ ਅਸੀਂ ਤੁਹਾਡੇ ਸਾਹਮਣੇ ਬਿਆਨ ਤਾਂ ਕੀਤੀ ਹੈ ਜੀ। ਅਤੇ ਬੜਾ ਦੁੱਖ ਲੱਗਿਆ ਸਾਨੂੰ, ਸੱਚੇ ਪਾਤਸ਼ਾਹ ਮਿਹਰ ਕਰਨ ਇਸ ਭੈਣ 'ਤੇ ਅਤੇ ਇਸ ਬੱਚੇ 'ਤੇ ਵੀ ਇਹ ਆਪਦੀ ਸੁੱਖ ਸ਼ਾਂਤੀ ਨਾਲ ਅਗਲੀ ਜ਼ਿੰਦਗੀ ਕੱਢ ਸਕਣ, ਅਤੇ ਇਹਦਾ ਪਰਿਵਾਰ ਆ ਜਿਹੜਾ ਉਹ ਇਸ ਭੈਣ ਨੂੰ ਅਪਣਾ ਲਵੇ ਅਤੇ ਬੱਚੇ ਨੂੰ ਆਪਦੀ ਜ਼ਿੰਦਗੀ ਮਿਲੇ ਜੀ। ਅਸੀਂ ਸੰਗਤਾਂ ਅੱਗੇ ਵੀ ਬੇਨਤੀ ਕਰਦੇ ਹਾਂ, ਜਿਹੜਾ ਵੀ ਵੀਰ ਭੈਣ ਇਹਨੂੰ ਪਛਾਣਦਾ ਵਾ ਭੈਣ ਨੂੰ, ਜਾਂ ਸਾਡੇ ਨੰਬਰ ਦੇ ਉੱਪਰ ਸੰਪਰਕ ਕਰਨ ਲਈ 97803000075 ਨੰਬਰ ਆ ਜੀ ਸਾਡੀ ਸੰਸਥਾ ਦਾ, ਅਤੇ ਦੀਪਕ ਹਸਪਤਾਲ, ਅਤੇ ਦੀਪਕ ਹਸਪਤਾਲ ਦੇ ਵਿੱਚ ਇੱਕ ਭੈਣ ਦਾਖਲ ਹੈ, ਇਹਦਾ ਨਾਂ ਜੋਤੀ ਆ ਜੀ, ਇਹਦਾ ਪੂਰਾ ਨਾਂ ਇਹਨੂੰ ਪਤਾ ਨਹੀਂ ਜੋਤੀ ਹੋਈ, ਇਹਦੀ ਭੈਣ ਦੀ ਬਾਂਹ ਦੇ ਉੱਪਰ ਇੱਕ ਨਾਮ ਵੀ ਖੁਦਵਾਇਆ ਹੋਇਆ ਵਾ, ਸਾਹਿਲ ਲਿਖਿਆ ਹੋਇਆ ਵਾ, ਭਰਾ ਦਾ ਨਾਮ ਆ ਸਾਹਿਲ, ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਭੈਣ 'ਤੇ ਅਤੇ ਇਹਦੇ ਬੱਚੇ 'ਤੇ ਵੀ ਅਸੀਂ ਆਪਦੇ ਘਰ ਜਾ ਸਕੇ ਸੁੱਖ ਸ਼ਾਂਤੀ ਦੇ ਨਾਲ, ਅਤੇ ਅਸੀਂ ਇਹੀ ਦੁਆ ਕਰਦੇ ਹਾਂ, ਸੰਗਤਾਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਵੀ ਅਰਦਾਸ ਕਰੋ ਵੀ ਇਹ ਭੈਣ ਅਤੇ ਇਹਦਾ ਬੱਚਾ ਬਿਲਕੁਲ ਠੀਕ ਠਾਕ ਰਹਿਣ, ਇਹ ਜਿਹੜੇ ਹਾਲਤ ਦੇ ਵਿੱਚ ਸਾਨੂੰ ਮਿਲਿਆ ਇੱਦਾਂ ਕਿਸੇ ਭੈਣ ਨੂੰ ਇਸ ਹਾਲਾਤ ਦੇ ਵਿੱਚ,
ਜਾਂ ਇੱਦਾਂ ਕਿਤੇ ਬੱਚੇ ਨੂੰ ਸੜਕਾਂ 'ਤੇ ਨਾ ਦੌੜਨਾ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।